सो जी वाहेगुरु जी का खालसा वाहेगुरु जी की फतेह। अज असीं लेके आए जी नया ब्लॉग गुरसा चैनल का विजिट गुरद्वारा शहीद बुंगा गुरद्वारा बागात। तो मेरे नाल ने मेरे वीर शरणदीप सिंह जी आओ देखो जी। तो असीं दोनों चले हैं जी इतने एक तो विजिट करा गुरद्वारे को आप जी गुरद्वारा साहब के दर्शन करावे। तो नाल दे नाल उत्थे प्रोग्राम एक हो रहा है जिसका नाम है जी खालसा वीक। सो वह भी करांगे जी। सो आओ देखते हैं कि कहो जिहा सफर रहेगा जी महाराज मेहर करन। तो आप बाकी दे अपडेटां आप जी दे देन आणगे जी। धन्यवाद। वाहेगुरु जी का खालसा वाहेगुरु जी की फतेह। दर्शन परसे हैं गुरु के जन्म मरण दुख जाए। दर्शन परसे हैं गुरु के जन्म मरण दुख जाए। सो को टल गुर सेविए एहनस सहज सुभाए। सहज सुबाए दर्शन परसे गुरु के जन्म मरण दुख जाए। दर्शन परसे गुरु के जन्म मरण दुख जाए। हम्य दृष्ट शुभ करे हरे अग पाप सकल मल।
You can roll like this, like. So ji sangat ji vaheguru ji ka khalsa vaheguru ji ki fateh so jis tarah ki assi tuhanu dassiya si ki assi gurdwara shir bunga bardala bazaar vich aaye aa ji eh vi itihasik gurdwara kashmir de itihasik gurdwara vich ek hai ji so aap ji mere piche dekh sakde ho eh gurdwara jehda ji ਗੁਰਦੁਆਰਾ ਸ਼ਹੀਦ ਬੁੰਗਾ ਬਰਦਲਾ ਬਾਗਾਤ ਸੋ ਇਹਦਾ ਇਤਿਹਾਸ ਜੋ ਹੈ ਸੰਗੀਤ ਇਤਿਹਾਸ ਆਪ ਜੀ ਨੂੰ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਦੱਸਣਗੇ ਉਹ ਹੁਣ ਆਉਂਦੇ ਆਉਣਗੇ ਪਿੱਛੇ ਰਹਿ ਗਏ ਥੋੜ੍ਹੇ ਤੇ ਉਹ ਵੀ ਆਉਣੇ ਆਉਣਗੇ ਅਤੇ ਉਹ ਵੀ ਤੁਹਾਨੂੰ ਦੱਸਣਗੇ ਇਸ ਬਾਰੇ ਕਿਹਦਾ ਇਤਿਹਾਸ ਕੀ ਹੈ ਅਤੇ ਨਾਲ ਦੇ ਨਾਲ ਤੁਹਾਨੂੰ ਮੈਂ ਕਿਹਾ ਸੀ ਕਿ ਖਾਲਸਾ ਵੀਕ ਬਾਰੇ ਅਸੀਂ ਦੱਸ ਰਹੇ ਸੀ ਅਤੇ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ ਖਾਲਸਾ ਵੀਕ 2019 'ਚ ਇਹ ਜਿਹੜਾ ਪ੍ਰੋਗਰਾਮ ਹੈ ਪਤਾ ਲੱਗਿਆ ਜੀ ਅੱਜ ਦੀ 20th ਗੋਲਡਨ ਜੁਬਲੀ ਹੈ ਅਤੇ ਬੱਚੇ ਬੜੀ ਉਤਸਾਹ ਨਾਲ ਇਸ ਵਕਤ ਤੁਸੀਂ ਮੈਂ ਤੁਹਾਨੂੰ ਦਿਖਾਵਾਂਗੇ ਆਪਣਾ ਪੁਸ਼ਪਸ ਦੇ ਪ੍ਰੋਗਰਾਮ ਹੋਏ ਨੇ ਚਿਨਪਸ ਹੋਈ ਹੈ ਅਤੇ ਲੈਮਨ ਰੇਸ ਹੋਈ ਹੈ ਬਹੁਤ ਕੁਛ ਇਹਦੇ ਵਿੱਚ ਹੋ ਰਿਹਾ ਜੀ ਅਤੇ ਬੜਾ ਹੀ ਚੰਗਾ ਲੱਗ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ ਅਤੇ ਨਾਲ ਨਾਲ ਬੱਚਿਆਂ ਦਾ ਉਸ਼ਾ ਵੀ ਵੱਧਦਾ ਜਾ ਰਿਹਾ ਜੀ ਅਤੇ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਜਿਹੜੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਤੁਹਾਡੇ ਨਾਲ ਰੂਬਰੂ ਕਰਾਈਏ ਜੀ ਸੋ ਇੰਨੀ ਹਾਜ਼ਰੀ ਪ੍ਰਵਾਨ ਕਰੋ ਜੀ ਨੈਕਸਟ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਸੰਗਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਜੋ ਕਿ ਇਤਿਹਾਸ ਦੇ ਬਹੁਤ ਜਾਣੂ ਨੇ ਅਤੇ ਅਸੀਂ ਇਹਨਾਂ ਦਾ ਵੇਟ ਕਰਕੇ ਕਦੋਂ ਇਹ ਆਉਣਗੇ ਸਾਨੂੰ ਇਤਿਹਾਸ ਬਾਰੇ ਦੱਸਣ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਸੋ ਭਾਈ ਸਾਹਿਬ ਜੀ ਸੰਗਤਾਂ ਨੂੰ ਦੱਸੋ ਇਸ ਗੁਰਦੁਆਰਾ ਸਾਹਿਬ ਬਾਰੇ ਇਤਿਹਾਸ ਅਤੇ ਨਾਲ ਦੇ ਨਾਲ ਜੋ ਇਵੈਂਟ ਹੋ ਰਿਹਾ ਇਸ ਦੇ ਬਾਰੇ ਵਿੱਚ ਦੱਸੋ ਹਾਂਜੀ ਪਹਿਲੇ ਤਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਬਹੁਤ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਜੋਤ ਸਿੰਘ ਜੀ ਜਿਹੜੇ ਹਨ ਉਹ ਇਸ ਚੈਨਲ ਦੇ ਸਬਸਕ੍ਰਾਈਬ ਬਹੁਤ ਵਧੀਆ ਮਤਲਬ ਲੱਗਿਆ ਇਹਨਾਂ ਨੂੰ ਮਿਲ ਕੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਗਰ ਅਤੇ ਹੁਣ ਆਪਾਂ ਇਤਿਹਾਸ ਦੇ ਬਾਰੇ ਪਹਿਲੇ ਆਈਏ ਅਤੇ ਆਪਾਂ ਇਹ ਸ਼ਹੀਦ ਬੁੰਗਾ ਗੁਰਦੁਆਰਾ ਸਾਹਿਬ ਹੈ ਅਤੇ ਇਹ ਸ੍ਰੀਨਗਰ ਵਿੱਚ ਜਿਹੜਾ ਸਥਿਤ ਹੈ ਅਤੇ ਇੱਥੇ ਬਹੁਤ ਬੜਾ ਇਤਿਹਾਸ ਹੈ ਜਿਹੜਾ ਉਹ ਆਪ ਜੀ ਨੂੰ ਸ਼ਰਵਣ ਕਰਾਉਣਾ ਪਹਿਲੇ ਤਾਂ ਅਸੀਂ ਨਿਰਮਲ ਸਿੰਘ ਖਾਲਸਾ ਜਿਹੜਾ ਸੀ ਉਹ ਲੰਗਰ ਹਾਲ ਸਾਹਿਬ 'ਤੇ ਬਣੇ ਆ ਉਹਨਾਂ ਦੀ ਸ਼ਹੀਦੀ ਬਾਰੇ ਦੱਸੀ ਆਪਾਂ ਨੂੰ ਕਿ ਜਦੋਂ ਕਬਾਲੀ 1947 ਦੇ ਜਦੋਂ ਕਬਾਲੀ ਦੇ ਟਾਈਮ ਹੋਈ ਸੀ ਅਤੇ ਕਬਾਲੀ ਜਿਹੜੇ ਸਨ ਉਹ ਹਥਿਆਰਬੰਦ ਜਿਹੜੇ ਸਨ ਉਹ ਇੱਥੇ ਆਏ ਸਨ ਸਰਦਾਰਾਂ ਨੂੰ ਮਾਰਨ ਵਾਸਤੇ ਅਤੇ ਕੁਛ ਸਿੰਘ 10-15 ਸਿੰਘ ਜਿਹੜੇ ਸਨ ਉਹ ਉਹਨਾਂ ਦੇ ਨਾਲ ਲੋਹਾ ਲਿੱਤੇ ਅਤੇ ਆਪਣਾ ਜਿਹੜਾ ਨਿਰਮਲ ਸਿੰਘ ਸਨ ਅਤੇ ਉਹਨਾਂ ਨੇ ਸ਼ਹੀਦ ਕੀਤੇ ਪਹਿਲੇ ਕਬਾਲੀ 10-15 ਉਹਨੇ ਮਾਰ ਕੇ ਅਤੇ ਉਹਨਾਂ ਨੇ ਇੱਕ ਕੂੰਆਂ ਸੀ ਇੱਥੇ ਪਹਿਲਾਂ ਹੁਣ ਬੰਦ ਹੋ ਗਿਆ ਅਤੇ ਉਹਦੇ ਵਿੱਚ ਮਾਰ ਕੇ ਛਲਾਂਗ ਮਾਰ ਦਿੱਤੀ ਅਤੇ ਉਹ ਜ਼ਿੰਦਾ ਸ਼ਹੀਦ ਹੋ ਗਈ ਉਹਨੂੰ ਅੱਜ ਵੀ ਲੋਕ ਜਿਹੜੇ ਸਾਡੇ ਆਮ ਸੰਗਤ ਜਿਹੜੀ ਉਹ ਉਹਨਾਂ ਜ਼ਿੰਦਾ ਸ਼ਹੀਦ ਕਹਿੰਦੀ ਹੈ ਅਤੇ ਉਹ ਉਹਨਾਂ ਨੇ ਇੱਕ ਕੁਰਬਾਨੀ ਦੱਸੀ ਅਤੇ ਸਿੱਖੀ ਦੀ ਚੜ੍ਹਦੀ ਕਲਾ ਬਖਸ਼ੀ ਅਤੇ ਹੋਰ ਵੀ ਇੱਥੇ ਇਤਿਹਾਸ ਹੈ ਜਿਹੜਾ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਖੋਏ ਨੂਰ ਬੂਆ ਹੀਰਾ ਜੀ ਜਿਹੜਾ ਸੀ ਉਹ ਇੱਥੋਂ ਹੀ ਪਾਇਆ ਗਿਆ ਸੀ ਅਤੇ ਹੁਣ ਆਪ ਜੀ ਨੂੰ ਇਸ ਟਾਈਮ ਜਿਹੜੇ ਉਹ ਪ੍ਰੋਗਰਾਮ ਹੋ ਰਹੇ ਨੇ ਇਵੈਂਟਸ ਹੋ ਰਹੇ ਹਨ ਬੱਚਿਆਂ ਦੇ ਕੰਪਟੀਸ਼ਨਸ ਹੋ ਰਹੇ ਹਨ ਅਤੇ ਜਦੋਂ ਸਾਡਾ ਵਿਸਾਖੀ ਦਾ ਵਾਲਾ ਦਿਨ ਆਉਂਦਾ ਉਹ ਅਸੀਂ 6-7 ਦਿਨ ਪਹਿਲਾਂ ਅਰੇਂਜ ਕਰਦੇ ਹਾਂ ਕਿ ਬੱਚਿਆਂ ਨੇ ਕੰਪਟੀਸ਼ਨ ਕਰਨੇ ਨੇ ਪਾਠ ਦੇ ਦੁਮਾਲਿਸ ਦੇ ਸੈਕਿੰਡ ਰੇਸ ਹੋਰ ਵੀ ਬਹੁਤ ਕੰਪਟੀਸ਼ਨ ਹੁੰਦੇ ਨੇ ਅਤੇ ਜਿਹੜਾ ਉਹਦੇ ਵਿੱਚ ਫਸਟ ਆਉਂਦੇ ਫਿਰ ਅਸੀਂ ਉਹਨਾਂ ਨੂੰ 12 ਤਰੀਕ ਵਿਸਾਖੀ 'ਤੇ ਸਨਮਾਨਿਤ ਸ਼ਾਮੀ ਸਨਮਾਨਿਤ ਕਰਦੇ ਹਾਂ ਅਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣਾ ਵੱਧ ਤੋਂ ਵੱਧ ਆਪਣਾ ਇਤਿਹਾਸ ਪੜ੍ਹੋ ਗੁਰੂ ਦਾ ਇਤਿਹਾਸ ਪੜ੍ਹੋ ਬਾਣੀ ਪੜ੍ਹੋ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਆਪ ਵੀ ਗੁਰਬਾਣੀ ਲਾਓ ਅਤੇ ਮਾਪਿਆਂ ਨੂੰ ਉਹਨਾਂ ਨੂੰ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਅਤੇ ਗੁਰੂ ਵਾਲੇ ਪਾਸੇ ਆਪਣੇ ਇਤਿਹਾਸ ਨੂੰ ਜਾਣੂ ਕਰਵਾਓ ਕਿਉਂਕਿ ਹੋਰ ਚੀਜ਼ ਹੈ ਇੱਥੇ ਜੀ ਕਰਤਾਰ ਸਿੰਘ ਜੀ ਕੁੰਭ ਲਾਇਬ੍ਰੇਰੀ ਇੱਥੇ ਬਣੀ ਹੋਈ ਹੈ ਅਤੇ ਅੰਦਰ ਨੂੰ ਜਾ ਕੇ ਵੇਖਿਆ ਇਹਦੇ ਵਿੱਚ ਬਹੁਤ ਸਾਰੀ ਬੁੱਕਸ ਪਈਆਂ ਹੋਈਆਂ ਨੇ ਜੋ ਕਿ ਬੱਚਿਆਂ ਦੇ ਰਿਲੇਟਿਡ ਸਟੱਡੀ ਮਟੀਰੀਅਲ ਦੇ ਵੀ ਪਈ ਹੋਈ ਹੈ
ਤੇ ਮੈਂ ਸੁਣਿਆ ਵੀ ਕਿ ਇਹ ਕੋਮਲ ਲਾਇਬ੍ਰੇਰੀ ਦੇ ਜਿਹੜੇ ਮੈਂਬਰ ਨੇ ਉਹੀ ਇਹ ਪ੍ਰੋਗਰਾਮ ਕਰਾਉਣੇ ਪਏ ਕਿਉਂ ਗਿਆਨੀ ਕਰਤਾਰ ਸਿੰਘ ਜੀ ਕੋਮਲ ਦੇ ਨਾਮ 'ਤੇ ਬੜੀ ਬੜੀ ਜੀ ਹਾਂਜੀ ਵੀਰ ਜੀ ਇਹ ਆਪਣਾ ਗਿਆਨੀ ਕਰਤਾਰ ਸਿੰਘ ਕੋਮਲ ਲਾਇਬ੍ਰੇਰੀ ਬਣੀ ਹੈ ਅਤੇ ਸਾਡੇ ਵੀਰ ਜੀ ਇੱਥੇ ਚਲਾਉਂਦੇ ਜਿਹੜੇ ਪੂਰਾ ਸੰਬੰਧ ਕਰਦੇ ਨੇ ਅਤੇ ਉਹੀ ਓ ਔਰਗਨਾਈਜੇਸ਼ਨ ਜਿਹੜਾ ਕਰਦੇ ਜਿਹੜਾ ਪ੍ਰੋਗਰਾਮ ਕਰਦੇ ਸਾਰਾ ਉਹੀ ਔਰਗਨਾਈਜ਼ ਕਰਦੇ ਨੇ ਅਤੇ ਆਪਣਾ ਇੱਥੇ ਬਹੁਤ ਸਾਰੀ ਸਾਡੇ ਇਤਿਹਾਸ ਸਿੱਖ ਇਤਿਹਾਸ ਦੀ ਬੁੱਕਸ ਹਨ ਪੈਂਦੀਆਂ ਅਤੇ ਆਪਣਾ ਲਾਇਬ੍ਰੇਰੀ ਕਿਤਾਬਾਂ ਹਨ ਸਟੱਡੀ ਕਿਤਾਬਾਂ ਹਨ ਹੋਰ ਵੀ ਕਈ ਪ੍ਰਕਾਰ ਦੇ ਕਿਤਾਬਾਂ ਨੇ ਅਤੇ ਸਾਡੇ ਇੱਕ ਘਾਟ ਹੈ ਬੱਚੇ ਆਉਂਦੇ ਨਹੀਂ ਪੜ੍ਹਨ ਵਾਸਤੇ ਸਾਡੇ ਇੱਥੇ ਘਾਟ ਹੈ ਕਸ਼ਮੀਰੀਆਂ ਆਪਣਾ ਕਸ਼ਮੀਰੀ ਜਿਹੜੇ ਸਿੱਖ ਹੈ ਉਹ ਆਉਂਦੇ ਨਹੀਂ ਪੜ੍ਹਨ ਵਾਸਤੇ ਅਤੇ ਇੱਥੇ ਬਹੁਤ ਐਸੇ ਐਸੀ ਇਤਿਹਾਸ ਅਗਰ ਕੋਈ ਪੜ੍ਹਨ 'ਤੇ ਆਏ ਤਾਂ ਬਹੁਤ ਕੁਛ ਪੜ੍ਹ ਸਕਦਾ ਬਹੁਤ ਕੁਛ ਹਾਸਲ ਵੀ ਕਰ ਸਕਦਾ ਲੇਕਿਨ ਸਾਨੂੰ ਜਿਵੇਂ ਸਾਡੇ ਬੱਚਿਆਂ ਨੂੰ ਸ਼ੌਕ ਨਹੀਂ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਇਹ ਬੋਲਦੇ ਕਿ ਆਪਣਾ ਲਾਇਬ੍ਰੇਰੀ ਭੇਜੋ ਅਤੇ ਉਹ ਕਿਤਾਬਾਂ ਜਿਹੜੀਆਂ ਇੱਥੇ ਸਟੱਡੀ ਕਰਨਗੇ ਅਤੇ ਉਹਨਾਂ ਨੂੰ ਥੋੜ੍ਹੀ ਨੌਲੇਜ ਹੋਏਗੀ ਇਹ ਗੱਲ ਵੀਰ ਜੀ ਦੀ ਬਹੁਤ ਸਹੀ ਹੈ ਕਿ ਇੱਥੇ ਜਿਹੜੀ ਲਾਇਬ੍ਰੇਰੀ ਬਣੀ ਹੋਈ ਹੈ ਇਹਦੇ ਵਿੱਚ ਸਾਰਾ ਸਟੱਡੀ ਮਟੀਰੀਅਲ ਭੇਜਿਆ ਹੈ ਕਿ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਇਸ ਕੰਪੀਟੀਸ਼ਨ ਦੇ ਲੜ ਲਾਓ ਵੀ ਅਤੇ ਨਾਲ ਦੇ ਨਾਲ ਇਸ ਲਾਇਬ੍ਰੇਰੀ ਦੇ ਵਿੱਚ ਭੇਜੋ ਤਾਂ ਜੋ ਬੱਚਿਆਂ ਨੂੰ ਹਰ ਕੁਛ ਸਹੂਲਤਾਂ ਜਿਹੜੀ ਇੱਥੇ ਮਿਲ ਜਾਂਦੀਆਂ ਨੇ ਸੋ ਜੀ ਅੱਗੇ ਦੀ ਅਪਡੇਟ ਆਪ ਜੀ ਨੂੰ ਦਿੰਦੇ ਜਾਵਾਂਗੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਆਪਣਾ ਸਮਾਂ ਕੱਢ ਕੇ ਸਾਨੂੰ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਸੰਗਤ ਜੀ ਹੁਣ ਤੁਹਾਨੂੰ ਮਿਲਾਉਂਦੇ ਹਾਂ ਉਸ ਬੱਚੇ ਨਾਲ ਜੋ ਕਿ ਇਸ ਇਵੈਂਟ ਦੇ ਵਿੱਚ ਗਏ ਸਾਡੇ ਜਿਹੜੇ ਨੇ ਇਵੈਂਟ ਦੇ ਵਿੱਚ ਪਾਸ ਹੋਏ ਨੇ ਅਤੇ ਇਹਦੇ ਵਿੱਚ ਇਹਨਾਂ ਨੇ ਫਸਟ ਪੁਜੀਸ਼ਨ ਲਈ ਹੈ ਜੀ ਪੁਸ਼ਅਪਸ ਦੇ ਵਿੱਚ ਸੋ ਜੀ ਇਹਨੇ ਕਿੰਨੇ ਪੁਸ਼ਅਪ ਕਰੇ ਨੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਅੱਜ ਗੁਰਦੁਆਰਾ ਸ਼ਹੀਦ ਬੁੰਗਾ ਵਿੱਚ ਵੇਖੇ ਪ੍ਰੋਗਰਾਮ ਹੋਇਆ ਸੀ 2019 ਦਾ ਖਾਲਸਾ ਵੀਕ ਜਿਸ ਦੇ ਵਿੱਚ ਕਾਫੀ ਪਾਰਟੀਸਪੈਂਟਾਂ ਨੇ ਹਿੱਸਾ ਲਿਆ ਅਤੇ ਅੱਜ ਉਸ ਦੇ ਵਿੱਚ ਚਿੰਨ ਅਪ ਸੀ ਪੁਸ਼ਅਪ ਸੀ ਕਾਫੀ ਹੋਰ ਗੁਰਬਾਣੀ ਦੇ ਮੀਨਸ ਕਿ ਪ੍ਰੋਗਰਾਮ ਹੋਏ ਸੀ ਜਿਸ ਦੇ ਵਿੱਚ ਕਿੰਨੇ ਪੁਸ਼ਅਪ ਕਰੇ ਨੇ ਅੱਜ ਜੋ ਕਿ ਪੁਸ਼ਅਪ ਸੀ ਉਸ ਦੇ ਵਿੱਚ ਮੈਂ ਲਗਭਗ 70 ਪੁਸ਼ਅਪ ਮਾਰੇ ਨੇ ਜੀ ਅਤੇ ਮੈਂ ਆਪ ਜੀ ਮੇਰੀ ਫਸਟ ਪੁਜੀਸ਼ਨ ਹੈ ਅਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਮੀਨਸ ਕਿ ਜਿੰਨੇ ਵੀ ਮੀਨਸ ਕਿ ਬੱਚੇ ਨੇ ਉਹ ਸਾਰੇ ਆ ਕੇ ਇਸ ਵਿੱਚ ਹਿੱਸਾ ਲੈਣ ਜੋ ਕਿ ਯੋਗਦਾਨ ਭਰਨ ਅਤੇ ਬਸ ਮੈਂ ਇੰਨੀ ਬੇਨਤੀ ਪ੍ਰਵਾਨ ਕਰਦਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਬਹੁਤ ਕੁਝ ਦੇਖਿਆ ਜੀ ਗੁਰਦੁਆਰਾ ਸਾਹਿਬ ਆ ਕੇ ਇੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੇਖਿਆ ਅਤੇ ਨਾਲ ਦੇ ਨਾਲ ਜਿਹੜਾ ਖਾਲਸਾ ਦੀ ਇਵੈਂਟ ਚੱਲ ਰਿਹਾ ਸੀ ਉਸ ਬਾਰੇ ਵੀ ਦੇਖਿਆ ਸੋ ਜੀ ਸੰਗਤ ਜੀ ਸੋ ਬਹੁਤ ਆਨੰਦ ਆਇਆ ਜੀ ਇਹਨਾਂ ਵਲੋਗਸ ਦੇ ਵਿੱਚ ਸੋ ਅੱਗੇ ਤੋਂ ਵੀ ਅਸੀਂ ਟਰਾਈ ਕਰਦੇ ਹਾਂ ਕਿ ਆਪਣਾ ਪੂਰੀ ਕੋਸ਼ਿਸ਼ ਕਰਦੇ ਹਾਂ ਕਿ 3 ਦਿਨ ਦੇ ਖਾਲਸਾ ਵੀਕ ਹੈ ਜੀ ਅਤੇ 3 ਦਿਨ ਦੇ ਖਾਲਸਾ ਵੀਕ ਦੇ ਵਿੱਚ ਅਸੀਂ ਇਹ ਪੂਰੇ ਜਿਹੜੇ ਵਲੋਗ ਨੇ ਤੁਹਾਨੂੰ ਦਿਖਾਈਏ ਅਤੇ ਜਿਹੜੇ ਵੀ ਕੰਪੀਟੀਸ਼ਨ ਨੇ ਜਿਹੜੇ ਵੀ ਸਮਾਗਮ ਨੇ ਉਹ ਤੁਹਾਨੂੰ ਦਿਖਾਈਏ ਅਤੇ ਤੁਹਾਡੇ ਤੱਕ ਹਰ ਅਪਡੇਟ ਪਹੁੰਚਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਬਸ ਸਾਨੂੰ ਸਪੋਰਟ ਕਰੋ ਸਾਡੇ ਸਹਿਯੋਗ ਦਿਓ ਬਸ ਸੰਗਤ ਦਾ ਸਹਿਯੋਗ ਹੀ ਸਾਨੂੰ ਉੱਪਰ ਪਹੁੰਚਾ ਸਕਦਾ ਹੈ ਜੀ ਅਤੇ ਇਸ ਚੈਨਲ ਨੂੰ ਪ੍ਰਮੋਟ ਕਰੋ ਸੋ ਇੰਨੇ ਬੱਚੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ